प्यारे विद्यार्थियों सब तो पहला मेरे चैनल ते ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵਿਦਿਆਰਥੀਓ ਅੱਜ ਦੀ ਵੀਡੀਓ ਵਿੱਚ ਆਪਾਂ 10ਵੀਂ ਕਲਾਸ ਦੇ ਲਈ ਕੰਪਿਊਟਰ ਸਾਇੰਸ ਵਿਸ਼ੇ ਦਾ ਇੱਕ ਸੈਂਪਲ ਪੇਪਰ ਸੋਲਵ ਕਰਨ ਜਾ ਰਹੇ ਹਾਂ ਜੋ ਕਿ ਤੁਹਾਡੇ ਸਤੰਬਰ ਇਗਜ਼ਾਮ ਦੇ ਲਈ ਕਾਫੀ ਇੰਪੋਰਟੈਂਟ ਹੈ ਜੀ ਇਸ ਤੋਂ ਸਤੰਬਰ ਇਗਜ਼ਾਮ ਦੇ ਵਿੱਚ ਤੁਸੀਂ ਇਸ ਦੀ ਤਿਆਰੀ ਕਰਕੇ ਹੀ ਜਾਣੀ ਹੈ ਉਸ ਤੋਂ ਬਾਅਦ ਅੱਗੇ ਜੋ ਤੁਹਾਡੇ ਦਸੰਬਰ ਨਵੰਬਰ ਦਸੰਬਰ ਵਿੱਚ ਇਗਜ਼ਾਮ ਹੋਣੇ ਹਨ ਫਿਰ ਤੁਹਾਡੇ ਪ੍ਰੀ ਬੋਰਡ ਇਗਜ਼ਾਮ ਹੋਣੇ ਹਨ ਫਾਈਨਲ ਇਗਜ਼ਾਮ ਹੋਣੇ ਹਨ ਤੇ ਉਹਨਾਂ ਦੇ ਵਿੱਚ ਵੀ ਤੁਸੀਂ ਇਹ ਜੋ ਪੇਪਰ ਹੈ ਇਹਨਾਂ ਦੀ ਚੰਗੀ ਤਰ੍ਹਾਂ ਤਿਆਰੀ ਜੂਰ ਕਰਕੇ ਜਾਣੀ ਹੈ ਜੀ ਤੇ ਵਿਦਿਆਰਥੀਓ ਅੱਗੇ ਚੱਲਣ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਜੂਰ ਕਰਦਣਾ ਹੈ ਜੀ ਬੈਲ ਆਈਕਨ ਨੂੰ ਜੂਰ ਪ੍ਰੈਸ ਕਰਦਣਾ ਹੈ ਤੇ ਬੈਲ ਆਈਕਨ ਨੂੰ ਪ੍ਰੈਸ ਕਰਕੇ 올 ਦੇ ਨੋਟੀਫਿਕੇਸ਼ਨ ਜੂਰ ਆਨ ਕਰ ਲੈਣਾ ਹੈ ਤਾਂ ਜੋ ਮੇਰੀ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੋ ਦੇਖੋ ਅੱਜ ਦੀ ਵੀਡੀਓ ਵਿੱਚ ਆਪਾਂ ਇਸ ਨੂੰ ਕਰਨ ਜਾ ਰਹੇ ਹਾਂ ਜੀ ਪੰਜਾਬੀ ਮੀਡੀਅਮ ਵਿੱਚ ਸੋਲਵ ਤੇ ਜਲਦੀ ਹੀ ਇਸ ਨੂੰ ਇੰਗਲਿਸ਼ ਮੀਡੀਅਮ ਵਿੱਚ ਸੋਲਵ ਕਰਕੇ ਵੀ ਚੈਨਲ ਤੇ ਅਪਲੋਡ ਕਰ ਦਿੱਤਾ ਜਾਵੇਗਾ ਜੀ ਤੇ ਆਹ ਹੁਣ ਆਪਾਂ ਇੱਕ ਇੱਕ ਕਰਕੇ ਸਾਰੇ ਹੀ ਕੁਐਸਚਨਸ ਨੂੰ ਦੇਖਦੇ ਹਾਂ ਕਿ ਉਹਨਾਂ ਦੇ ਕੀ ਆਨਸਰ ਆ ਸਕਦੇ ਹਨ ਜੀ ਪਹਿਲਾ ਕੁਐਸਚਨ ਹੈ ਜੀ ਐਨੀਵਨ ਵਿਦ ਦਾ ਇਨਕ ਆਪਸ਼ਨ ਸੈੱਟ ਕਰਨ ਤੋਂ ਬਾਅਦ ਅਸੀਂ ਗੂਗਲ ਡਾਕਸ ਵਿੱਚ ਬਣਾਈ ਗਈ ਫਾਈਲ ਨੂੰ ਸ਼ੇਅਰ ਕਰਨ ਲਈ ਡ੍ਰੌਪਡਾਊਨ ਮੀਨੂ ਦੀ ਵਰਤੋਂ ਕਰਦੇ ਕਰਕੇ ਹੀਟਾਂ ਵਿੱਚੋਂ ਕਿਹੜੇ ਐਕसेस ਲੈਵਲ ਨੂੰ ਸੈੱਟ ਕਰ ਸਕਦੇ ਹਨ ਚਾਰ ਆਪਸ਼ਨ ਦਿੱਤੀਆਂ ਗਈਆਂ ਹਨ ਜੀ ਕਿਹੜੀ ਕਿਹੜੀ ਆਪਸ਼ਨ ਦਿੱਤੀ ਗਈ ਹੈ ਇੱਕ ਹੈ ਦਰਸ਼ਕ ਟਿੱਪਣੀਕਾਰ ਐਡੀਟਰ ਜਾਂ ਉਪਰੋਕਤ ਸਾਰੇ ਤੇ ਇਸ ਦਾ ਸਹੀ ਆਨਸਰ ਆਪਣੇ ਕੋਲ ਆਏਗਾ ਜੀ ਉਪਰੋਕਤ ਸਾਰੇ ਤੇ ਆਓ ਅਗਲਾ ਕੁਸ਼ਣ ਦੇਖਦੇ ਹਾਂ ਜੀ ਅਗਲਾ ਕੁਸ਼ਣ ਹੈ ਹੀਟਾਂ ਲਿਖਿਆਂ ਵਿੱਚੋਂ ਕਿਹੜੀ ਵਰਡ ਪ੍ਰੋਸੈਸਸਸ ਦੀ ਉਦਾਹਰਣ ਹੈ ਚਾਰ ਆਪਸ਼ਨ ਦਿੱਤੀਆਂ ਹਨ ਤੇ ਇਹਨਾਂ ਵਿੱਚੋਂ ਜੋ ਵਰਡ ਪ੍ਰੋਸੈਸਰ ਦੀ ਕਿਹੜੀ ਉਦਾਹਰਣ ਹੈ ਉਹ ਜੀ ਆਪਣੇ ਕੋ ਫਰਸਟ ਵਾਲੀ Google Docs ਤੇ ਆਓ ਅਗਲਾ ਕੁਐਸਚਨ ਦੇਖਦੇ ਹਾਂ ਜੀ ਅਗਲਾ ਕੁਐਸਚਨ ਆਪਣੇ ਕੋ ਇਸ ਤਰ੍ਹਾਂ ਹੈ ਜੀ ਡੈਸ਼ ਉਹ ਟੈਕਸਟ ਹੁੰਦਾ ਹੈ ਜਿਸ ਵਿੱਚ ਦੂਜੇ ਵੈਬ ਪੇਜਾਂ ਦੇ ਲਿੰਕ ਮੌਜੂਦ ਹੁੰਦੇ ਹਨ ਤੇ ਇਸ ਦਾ ਰਾਈਟ ਆਪਸ਼ਨ ਹੈ ਜੀ ਆਪਣੇ ਕੋ ਐਡਾ ਆਪਸ਼ਨ ਹਾਈਪਰ ਟੈਕਸਟ ਅਗਲਾ ਕੁਐਸਚਨ ਆਪਣੇ ਕੋ ਇਸ ਤਰ੍ਹਾਂ ਹੈ ਜੀ ਵੈਬ ਪੇਜ ਵਿੱਚ ਡੈਸ਼ ਟੈਗ ਦੀ ਵਰਤੋਂ ਕਰਕੇ ਟੈਕਸਟ ਅਤੇ ਤਸਵੀਰਾਂ ਆਦਿ ਨੂੰ ਸਕਰੋਲ ਕਰਨ ਲਈ ਕੀਤੀ ਜਾਂਦੀ ਹੈ ਤੇ ਕਿਸ ਦੀ ਵਰਤੋਂ ਕਿਸ ਟੈਕਸਟ ਕਿਸ ਟੈਗ ਦੀ ਵਰਤੋਂ ਕੀਤੀ ਜਾਂਦੀ ਹੈ ਉਹ ਹੈ ਜੀ ਆਪਣੇ ਕੋਈ ਈਡੀ ਆਪਸ਼ਨ ਮਾਰਕਿਓ ਦੀ ਅਗਲਾ ਆਪਣੇ ਕੋਈ ਆਪਸ਼ਨ ਇਸ ਤਰ੍ਹਾਂ ਹੈ ਜੀ ਜੇਕਰ ਅਸੀਂ ਦੋ ਜਾਂ ਵਧੇਰੇ ਰੋਜ਼ ਦੇ ਸੈੱਲਾਂ ਨੂੰ ਇੱਕ ਸਿੰਗਲ ਸੈੱਲ ਵਿੱਚ ਮर्ज ਕਰਨਾ ਚਾਹੁੰਦੇ ਹਾਂ ਤਾਂ ਅਸੀਂ ਡੈਸ਼ ਐਟਰੀਬਿਊਟ ਦੀ ਵਰਤੋਂ ਕਰਾਂਗੇ ਤੇ ਇਸ ਵਿੱਚ ਆ ਜਾਏਗਾ ਸਾਨੂੰ ਆ ਜਾਏਗਾ ਜੀ ਆਪਣੇ ਕੋਈ ਈਡੀ ਆਪਸ਼ਨ ਆ ਜਾਏਗੀ ਜੀ ਰੋ ਸਪੈਨ ਅਗਲਾ ਕੁਸ਼ਨ ਆਪਣੇ ਕੋਈ ਇਸ ਤਰ੍ਹਾਂ ਹੈ ਜੀ डैश एक अजि सॉफ्टवेयर है जो कि टैबूलर डाटा न आसानी प्रोसैस कर उसका विश्लेषण करने जाता करने करने है तो इस अपने को है जी स्प्रैडशीट सॉफ्टवेयर नैक्सट क्वेश्चन है जी सिस्टम सॉफ्टवेयर आम तौर पर डैश कंप्यूटर प्रोग्रामिंग भाषा में लिखे जाते हैं तो इसका आंसर है जी लो लैवल इस अगला क्वेश्चन अपने इस तरह है जी डैश एट्रीब्यूट की वरतो एच टी एम एल डॉकूमेंट की बैकग्राउंड उपर तस्वीर तो सैट करने की जाती है तो इसमें इस आंसर अपने को यही आ जाएगा जी बैकग्राउंड uh, इस जगह तुम्हें तो इस जगह बैकग्राउंड लिखना बैकग्राउंड एट्रीब्यूट की वरतों एच टी एम एल डॉकूमेंट की बैकग्राउंड तस्वीर सैट करने की जाती है जी अगला क्वेश्चन अपने कुछ है जी डॉक टाइप एच टी एम एल ਟੈਗ ਜੋ ਹੈ HTML ਦੇ ਡੈਸ਼ ਨੂੰ ਬਿਆਨ ਕਰਦਾ ਹੈ ਤੇ ਇਹ ਬਿਆਨ ਕਰਦਾ ਹੈ ਜੀ ਵਰਜਨ 5 ਤੇ ਆਓ ਸਮੁਗਲਾ ਕੁਸ਼ਨ ਦੇਖਦੇ ਹਾਂ ਜੀ ਅਗਲਾ ਕੁਸ਼ਨ ਇਸ਼ਤ ਹੈ ਜੀ ਡੈਸ਼ ਟੈਗ ਦੀ ਵਰਤੋਂ ਕਰਕੇ ਟੇਬਲ ਹੈਡਿੰਗਸ ਨੂੰ ਪ੍ਰਭਾਸ਼ਿਤ ਕਰਨ ਲਈ ਕੀਤੀ ਜਾਂਦੀ ਹੈ ਤੇ ਇਸ ਦੇ ਲਈ ਆਪਣੇ ਕੋ ਆ ਜਾਏਗਾ ਜੀ ਟੈਗ ਆ ਜਾਏਗਾ T H ਅਗਲਾ ਕੁਸ਼ਨ ਹੈ ਜੀ ਅਸੀਂ ਡੈਸ਼ ਐਟਰੀਬਿਊਟ ਦੀ ਵਰਤੋਂ ਕਰਕੇ ਸਿਰਫ ਸੈੱਲ ਕੰਟੈਂਟ दी ही खड़मे रूप में अलाइनमेंट सैट कर सकते हैं तो इसका आंसर अपने को आ जाएगा जी विलाइन तो आओ अगला क्वेश्चन देखते हैं जी तो उसमें आप एक करके सारे ही क्वेश्चन देखा अगला अपने को है जी पहला डू एज गिवन ये अपने को कुछ टैग्स हैं तो इन टैग्स के आप एक करके आंसर देखते हैं उस तो बाद अपने को पार्ट बी है पार्ट बी से दे आप्चन देखा तो फिर पार्ट अपने को सी है ਤੇ ਆ ਹੁਣ ਆਪਾਂ ਇੱਕ ਇੱਕ ਕਰਕੇ ਸਾਰੇ ਹੀ ਜੋ ਕੁਐਸਚਨਸ ਹਨ ਉਹਨਾਂ ਦੇ ਆਨਸਰ ਦੇਖਦੇ ਹਾਂ ਜੀ ਪਹਿਲਾਂ ਆਪਾਂ ਟੈਗ ਤੋਂ ਸਟਾਰਟ ਕਰਾਂਗੇ ਜੀ ਤੇ ਆਓ ਦੇਖਦੇ ਹਾਂ ਕਿ ਇਹਨਾਂ ਦੇ ਕੀ ਆਨਸਰ ਹੋ ਸਕਦੇ ਹਨ ਦੇਖੋ ਕਿਹੜੇ ਕਿਹੜੇ ਆਪਾਂ ਨੂੰ ਇਸ ਕੁਐਸਚਨ ਪੇਪਰ ਦੇ ਵਿੱਚ ਟੈਗ ਆਏ ਹਨ ਉਹਨਾਂ ਨੂੰ ਦੇਖ ਲੈਣੇ ਹਨ ਜੀ ਇੱਕ ਹੈ ਜੀ ਆਪਣੇ ਕੋਲ ਦੇਖੋ ਬੋਲਡ ਬੀ ਫੋਰ ਬੋਲਡ ਆਏਗਾ ਜੀ ਆਪਣੇ ਕੋਲ ਇੱਕ ਟੈਗ ਆਪਣੇ ਕੋਲ ਹੈ ਜੀ ਐਸ ਐਸ ਫੋਰ ਆਪਣੇ ਕੋਲ ਸਟ੍ਰਾਈਕ ਥਰੂ ਆ ਜਾਏਗਾ ਜੀ ਪੀ ਫੋਰ ਪੈਰਾਗ੍ਰਾਫ ਤੇ ਟੀ ਡਬਲ ਟੀ ਫੋਰ ਟੈਲੀ ਟਾਈਪ टैक्सट ये चार हैं आओ अगले देखते हैं जी अगले अपने को जो टैगज हैं वो कह दिते हुए हैं जी नैक्सट अपने को टैग है इन्होंने जी देखो अगला टैग अपने को है जी देखो एक है अपने को डी टी डी टी फॉर डेफिनेशन टाइटल्स फिर अपने को है जी टी आर टी आर फॉर टेबल रो टी एच का मतलब है टेबल हैडिंग टी डी का मतलब है टेबल डाटा ਤੇ ਇਹ ਟੋਟਲ ਆਪਣੇ ਕੋ 8 ਜੋ ਟੈਗਸ ਆਪਾਂ ਕਰ ਲਏ ਹਨ ਤੁਸੀਂ ਬਾਕੀ ਟੈਗਸ ਵੀ ਪੜ੍ਹ ਸਕਦੇ ਹੋ ਇਹਨਾਂ ਵਿੱਚੋਂ ਵੀ ਤੁਹਾਨੂੰ ਪੇਪਰਾਂ ਵਿੱਚ ਆ ਸਕਦੇ ਹਨ ਤੇ ਆਓ ਹੁਣ ਆਪਾਂ ਇੱਕ ਇੱਕ ਕਰਕੇ ਸਾਰੇ ਹੀ ਜੋ ਕੁਐਸਚਨਸ ਹਨ ਉਹਨਾਂ ਦੇ ਆਨਸਰ ਦੇਖਦੇ ਹਾਂ ਕਿ ਕੀ ਆਪਾਂ ਨੂੰ ਆਨਸਰ ਉਹਨਾਂ ਦੇ ਹੋ ਸਕਦੇ ਹਨ ਜੀ ਤੇ ਦੇਖੋ ਪਹਿਲਾ ਕੁਐਸਚਨ ਆਪਣੇ ਕੋ ਹੈ ਜੀ ਆਫਿਸ ਟੂਲਸ ਦੀ ਆਪਾਂ ਪਰਿਭਾਸ਼ਾ ਦੇਣੀ ਹੈ ਆਫਿਸ ਟੂਲਸ ਕੀ ਹੁੰਦਾ ਹੈ ਉਹ ਸਾਫਟਵੇਅਰ ਜੋ ਕੰਪਿਊਟਰ ਯੂਜ਼ਰਜ਼ ਨੂੰ ਉਹਨਾਂ ਦੇ ਦਫ਼ਤਰੀ ਕੰਮਾਂਕਾਰਾਂ ਵਿੱਚ ਵਧੇਰੇ ਲਾਭਕਾਰੀ ਅਤੇ ਕੁਸ਼ਲ ਬਣਾਉਣ ਲਈ ਤਿਆਰ ਕੀਤੇ ਗਏ ਹਨ ਉਹਨਾਂ ਨੂੰ ਆਫਿਸ ਟੂਲ ਵਜੋਂ ਜਾਣਿਆ ਜਾਂਦਾ ਹੈ ਵਰਡ ਪ੍ਰੋਸੈਸਰ ਸਪਰੈਡਸ਼ੀਟ ਪ੍ਰੈਜੈਂਟੇਸ਼ਨ ਸਾਫਟਵੇਅਰ ਆਦਿ ਕੁਝ ਮਹੱਤਵਪੂਰਨ ਐਪਲੀਕੇਸ਼ਨ ਸਾਫਟਵੇਅਰਾਂ ਦੀਆਂ ਉਦਾਹਰਨਾਂ ਹਨ ਇਹ ਟੂਲਜ਼ ਵਕ ਵਕ ਦਫ਼ਤਰੀ ਕੰਮਾਂ ਵਿੱਚ ਯੂਜ਼ੇਜ ਸਮਾਂ ਅਤੇ ਮਿਹਨਤ ਬਚਾਉਣ ਦੇ ਕੰਮ ਆਉਂਦੇ ਹਨ ਜੀ ਇਹਨਾਂ ਵਿੱਚ ਮਦਦ ਕਰਦੇ ਹਨ ਜੀ ਅਗਲਾ ਕਵਸਨ ਆਪਣੇ ਕੋ ਹੈ ਜੀ ਮਲਟੀਮੀਡੀਆ ਟੂਲਜ਼ ਬਾਰੇ ਆਪਾਂ ਦੱਸਣਾ ਹੈ ਜੀ ਮਲਟੀਮੀਡੀਆ ਟੂਲਸ ਬਾਰੇ ਲਿਖੋ ਮਲਟੀਮੀਡੀਆ ਸੰਚਾਰ ਦਾ ਇੱਕ ਬਹੁਤ ਇੱਕ ਸੰਚਾਰ ਦਾ ਇੱਕ ਰੂਪ ਹੈ ਜਿਸ ਵਿੱਚ ਕੰਟੈਂਟ ਦੇ ਵੱਖ-ਵੱਖ ਰੂਪਾਂ ਜਿਵੇਂ ਕਿ ਟੈਕਸਟ ਆਡੀਓ ਚਿੱਤਰ ਐਨੀਮੇਸ਼ਨ ਅਤੇ ਵੀਡੀਓ ਦੀ ਵਰਤੋਂ ਕਰਦੇ ਹੋਏ ਪ੍ਰੈਜੈਂਟੇਸ਼ਨ ਤਿਆਰ ਕੀਤੀ ਜਾਂਦੀ ਹੈ ਮਲਟੀਮੀਡੀਆ ਟੂਲਸ ਦੀ ਵਰਤੋਂ ਨਾਲ ਯੂਜ਼ਰ ਕੰਟੈਕਸਟ ਕੰਟੈਕਸਟ ਦੇ ਵੱਖ-ਵੱਖ ਰੂਪਾਂ ਦੀਆਂ ਵਰਤੋਂ ਕਰਕੇ ਮਲਟੀਮੀਡੀਆ ਐਪਲੀਕੇਸ਼ਨ ਸਮਗਰੀ ਆਦਿ ਬਣਾਉਂਦੇ ਹਨ ਐਡੋਬ ਫਲੈਸ਼ मीडिया प्लेयर रियल प्लेयर मल्टीमीडिया टूल्स उदाहरण हैं अगला क्वेश्चन है जी गूगल डॉक्स गूगल डॉक्स का आप वर्णन करना है गूगल डॉक्स की होंगे है जी तो देखो इसका आंसर किस तरह लिखना है गूगल डॉक्स एक मुफ्त ऑनलाइन वर्ड प्रोसैसर है ये डॉक्यूमेंट बनाने ऑडिट कर ए, एडिट करने वरती जा वैब आधारित डॉक्यूमेंट प्रबंधन एप्लीकेशन है ये वर्ड प्रोसैसर रियल टाइम ऑनलाइन वर्ड प्रोसैसिंग ਇਹ ਵਿਛਾੜੀ ਮਦਦ ਕਰਦਾ ਹੈ ਵਰਡ ਪ੍ਰੋਸੈਸਿੰਗ ਵਿੱਚ Google Docs ਸਾਨੂੰ ਕਈ ਕਿਸਮਾਂ ਦੀਆਂ ਡਾਕੂਮੈਂਟ ਫਾਈਲਾਂ ਜਿਵੇਂ ਕਿ .docx .pdf .odt .rtf .txt .txt ਅਤੇ .html ਆਦੀ ਬਣਾਉਣ ਦੀ ਸਹੂਲਤ ਪ੍ਰਦਾਨ ਕਰਦਾ ਹੈ ਜੀ ਤੇ ਅਗਲਾ ਕੁਐਸਚਨ ਦੇਖਦੇ ਹਾਂ ਜੀ ਨੈਕਸਟ ਆਪਣਾ ਕੁ ਹੈ ਜੀ ਸਾਫਟਵੇਅਰ ਕੀ ਹੁੰਦਾ ਹੈ ਵੱਖ-ਵੱਖ ਕਿਸਮਾਂ ਦੇ ਸਾਫਟਵੇਅਰ ਦਾ ਆਪਾਂ ਵਰਣਨ ਕਰਨਾ ਹੈ ਇਹ ਸਾਰੇ ਕੁਸ਼ਨ ਜੋ ਉਸ ਨੂੰ ਪੀਪਰ ਵਿੱਚ ਆਏ ਹਨ ਤੁਹਾਨੂੰ ਕਰਵਾ ਰਿਹਾ ਹਾਂ ਜੀ ਤੇ ਦੇਖੋ ਸਾਫਟਵੇਅਰ ਪ੍ਰੋਗਰਾਮਾਂ ਦਾ ਇੱਕ ਸਮੂਹ ਹੁੰਦਾ ਹੈ ਜੋ ਯੂਜ਼ਰ ਨੂੰ ਕੁਝ ਖਾਸ ਕੰਮ ਕਰਨ ਦੇ ਯੋਗ ਬਣਾਉਂਦਾ ਹੈ ਜਾਂ ਕੰਪਿਊਟਰ ਨੂੰ ਚਲਾਉਣ ਲਈ ਵਰਤਿਆ ਜਾਂਦਾ ਹੈ ਸਾਫਟਵੇਅਰਸ ਤੋਂ ਬਿਨਾ ਯੂਜ਼ਰ ਕੰਪਿਊਟਰ ਤੇ ਕੋਈ ਕੰਮ ਨਹੀਂ ਕਰ ਸਕਦਾ ਸਾਫਟਵੇਅਰ ਨੂੰ ਮੁੱਖ ਤੌਰ ਤੇ ਦੋ ਕਿਸਮਾਂ ਦੇ ਵਿੱਚ ਵੰਡਿਆ ਜਾਂਦਾ ਹੈ ਐਪਲੀਕੇਸ਼ਨ ਸਾਫਟਵੇਅਰ ਤੇ ਸਿਸਟਮ ਸਾਫਟਵੇਅਰ نیچے ਲਿਖਿਆ ਵੀ ਹੋਇਆ ਇੱਕ ਸਿਸਟਮ ਸਾਫਟਵੇਅਰ ਦੂਸਰਾ ਐਪਲੀਕੇਸ਼ਨ ਸੌਫਟਵੇਅਰ ਤੇ ਇਸ ਨੂੰ ਸਿਸਟਮ ਸੌਫਟਵੇਅਰ ਆਪਣਾ ਕੀ ਹੁੰਦਾ ਹੈ ਸਿਸਟਮ ਸੌਫਟਵੇਅਰ ਉਹ ਪ੍ਰੋਗਰਾਮਾਂ ਦਾ ਸਮੂਹ ਹੁੰਦਾ ਹੈ ਇਹ ਸਿਸਟਮ ਪ੍ਰੋਗਰਾਮਾਂ ਦਾ ਸਮੂਹ ਹੁੰਦਾ ਹੈ ਇਹ ਸੌਫਟਵੇਅਰ ਕੰਪਿਊਟਰ ਨੂੰ ਚਲਾਉਣ ਕੰਟਰੋਲ ਕਰਨ ਤੇ ਇਸ ਦੀ ਪ੍ਰੋਸੈਸਿੰਗ ਸਮਰੱਥਾ ਬਣਾਉਣ ਲਈ ਤਿਆਰ ਕੀਤੇ ਜਾਂਦੇ ਹਨ ਇਹ ਸੌਫਟਵੇਅਰ ਆਮ ਤੌਰ ਤੇ ਲੋ ਲੈਵਲ ਕੰਪਿਊਟਰ ਪ੍ਰੋਗਰਾਮਿੰਗ ਭਾਸ਼ਾ ਵਿੱਚ ਲਿਖੇ ਜਾਂਦੇ ਹਨ ਸਿਸਟਮ ਸੌਫਟਵੇਅਰ ਦੀਆਂ ਕੁਝ ਉਦਾਹਰਨਾਂ ਹਨ ਜਿਵੇਂ ኦਪਰੇਟਿੰਗ ਸਿਸਟਮ ਭਾਸ਼ਾ ਟਰਾਂਸਲੇਟਰ ਆਦਿ ਐਪਲੀਕੇਸ਼ਨ ਸੌਫਟਵੇਅਰ ਐਪਲੀਕੇਸ਼ਨ ਸੌਫਟਵੇਅਰ ਨੂੰ ਐਂਡ ਯੂਜ਼ਰਸ ਐਪਲੀਕੇਸ਼ਨ ਵੱਲੋਂ ਵੀ ਜਾਣਿਆ ਜਾਂਦਾ ਹੈ ਇਹ ਸੌਫਟਵੇਅਰ ਆਮ ਤੌਰ ਤੇ ਯੂਜ਼ਰਸ ਲਈ ਖਾਸ ਕੰਮ ਕਰਨ ਲਈ ਤਿਆਰ ਕੀਤੇ ਜਾਂਦੇ ਹਨ ਇਹ ਸੌਫਟਵੇਅਰ ਆਮ ਤੌਰ ਤੇ ਹਾਈ ਲੈਵਲ ਪ੍ਰੋਗਰਾਮਿੰਗ ਭਾਸ਼ਾ ਵਿੱਚ ਲਿਖੇ ਜਾਂਦੇ ਹਨ ਐਪਲੀਕੇਸ਼ਨ ਸੌਫਟਵੇਅਰ ਓਪਰੇਟਿੰਗ ਸਿਸਟਮ ਦੀ ਮਦਦ ਨਾਲ ਬਿਨਾ ਨਹੀਂ ਚੱਲ ਸਕਦੇ MS Word Excel PowerPoint ਆਦੀ ਐਪਲੀਕੇਸ਼ਨ ਸੌਫਟਵੇਅਰ ਦੀਆਂ ਉਦਾਹਰਨਾਂ ਹਨ ਜੀ ਤੇ ਅਗਲਾ ਕੁਸ਼ਣ ਦੇਖਦੇ ਹਾਂ ਜੀ ਅਗਲਾ ਕੁਸ਼ਣ ਹੈ ਜੀ ਆਨਲਾਈਨ ਆਫਿਸ ਟੂਲ ਦੀ ਵਰਤੋਂ ਦੇ ਲਾਭ ਅਤੇ ਨੁਕਸਾਨ ਕੀ ਹਨ ਆਨਲਾਈਨ ਆਫਿਸ ਟੂਲ ਦੀ ਵਰਤੋਂ ਦੇ ਮੂਕਲਾਵਤੇ ਨੁਕਸਾਨ ਇਹ ਲਿਖੇ ਹਨ ਆਨਲਾਈਨ ਪਹਿਲਾਂ ਤਾਂ ਆਪਾਂ ਇਸਦੇ ਲਾਭ ਦੀ ਗੱਲ ਕਰਦੇ ਹਾਂ ਆਨਲਾਈਨ ਆਫਿਸ ਟੂਲ ਦੀ ਵਰਤੋਂ ਕਰਨ ਦੀ ਲਾਗਤ ਜਾਂ ਤਾਂ ਬਹੁਤ ਘੱਟ ਹੈ ਜਾਂ ਇਹਨਾਂ ਸੇਵਾਵਾਂ ਦੀ ਵਰਤੋਂ ਕਰਨ ਲਈ ਕੋਈ ਬਹੁਤਾ ਖਰਚਾ ਨਹੀਂ ਹੁੰਦਾ ਹੈ ਜੀ ਇਹਨਾਂ ਆਨਲਾਈਨ ਸੌਫਟਵੇਅਰ ਟੂਲਸ ਨੂੰ ਡਾਊਨਲੋਡ ਜਾਂ ਇੰਸਟਾਲ ਕਰਨ ਦੀ ਲੋੜ ਨਹੀਂ ਪੈਂਦੀ ਹੈ ਆਨਲਾਈਨ ਆਫਿਸ ਟੂਲਸ ਘੱਟ ਤੋਂ ਘੱਟ ਹਾਰਡਵੇਅਰ ਲੋੜਾ ਦੇ ਨਾਲ ਐਨ ਥਿਨ ਕਲੈਂਟ ਐਨ ਕੰਪਿਊਟਿੰਗ ਤੇ ਚੱਲ ਸਕਦੇ ਹਨ ਥਿੰਕ ਕਲੈਂਟ ਤੇ ਮਤਲਬ ਚੱਲ ਸਕਦੇ ਹਨ ਆਨਲਾਈਨ ਆਫਿਸ ਟੂਲਸ ਫਾਈਲਾਂ ਨੂੰ ਸ਼ੇਅਰ ਕਰਨ ਦੀ ਬਹੁਤ ਹੀ ਸਹੂਲਤ ਪ੍ਰਦਾਨ ਕਰਦੇ ਹਨ ਆਨਲਾਈਨ ਆਫਿਸ ਟੂਲਸ ਪੋਰਟੇਬਲ ਟੂਲਸ ਹਨ ਜੀ ਤੇ ਇਸ ਦਾ ਨੁਕਸਾਨ ਦੇਖ ਲੈਣੇ ਹਨ ਜੀ ਇਨਾ ਟੂਲਸ ਨੂੰ ਐਕਸੈਸ ਕਰਨ ਲਈ ਹਾਈ ਸਪੀਡ ਇੰਟਰਨੈਟ ਕਨੈਕਟੀਵਿਟੀ ਦੀ ਜ਼ਰੂਰਤ ਪੈਂਦੀ ਹੈ ਆਫਲਾਈਨ ਟੂਲਸ ਦੇ ਮੁਕਾਬਲੇ ਔਨਲਾਈਨ ਟੂਲਸ ਵਿੱਚ ਐਡਵਾਂਸ ਵਿਸ਼ੇਸ਼ਤਾ ਦੀ ਘਾਟ ਹੁੰਦੀ ਹੈ ਯੂਜ਼ਰਸ ਦਾ ਵਰਤੇ ਜਾ ਰਹੇ ਸੌਫਟਵੇਅਰ ਸੰਕਰਣ ਤੇ ਕੋਈ ਵੀ ਕੰਟਰੋਲ ਨਹੀਂ ਹੁੰਦਾ ਹੈ ਜੀ ਤੇ ਆਓ ਅਗਲਾ ਕੁਸ਼ਣ ਦੇਖਦੇ ਹਾਂ ਜੀ ਤੇ ਇਸ ਨੂੰ ਜੋ ਖਾਲੀ ਥਾਂ ਮਾਨੇ ਵੀ ਤੁਸੀਂ ਦੇਖ ਸਕਦੇ ਹੋ ਤੇ ਨੀਚੇ ਆਪਾਂ ਜੋ ਵਰ ਕਰ ਚੁੱਕੇ ਹਾਂ ਟੈਗਸ ਵਗੈਰਾ ਉਹ ਵੀ ਤੁਸੀਂ ਦੇਖ ਸਕਦੇ ਹੋ ਦੁਬਾਰਾ ਤੇ ਅਗਲਾ ਕੁਸ਼ਣ ਦੇਖੋ ਆਪਣੇ ਕੋਲ ਇਸ ਤਰ੍ਹਾਂ ਹੈ ਜੀ HTML ਕੀ ਹੈ ਤੇ ਸਟੂ ਦੇਖੋ ਇਸ ਦਾ ਅਨਸਰ ਕੀ ਦਿਖਣਾ ਹੈ ਕਿ HTML ਕੀ ਹੁੰਦਾ ਹੈ ਜੀ HTML ਦਾ ਪੂਰਾ ਨਾਮ ਹਾਈਪਰ ਟੈਕਸਟ ਮਾਰਕਅਪ ਲੈਂਗੁਏਜ ਹੈ ਤੇ ਇਹ ਇੱਕ ਸਧਾਰਨ ਟੈਕਸਟ ਆਧਾਰਿਤ ਭਾਸ਼ਾ ਹੈ ਇਸ ਦੀ ਵਰਤੋਂ ਵੈਬ ਪੇਜ ਬਣਾਉਣ ਲਈ ਕੀਤੀ ਜਾਂਦੀ ਹੈ ਵੈਬ ਪੇਜਾਂ ਵਿੱਚ ਵਰਤੀ ਜਾਣ ਵਾਲੀ HTML ਕਮਾਂਡਾਂ ਨੂੰ ਟੈਗਸ ਕਿਹਾ ਜਾਂਦਾ ਹੈ HTML ਟੈਗਸ ਲਈ ਐਂਗੂਲਰ ਬ੍ਰੈਕਟਾਂ ਦੀ ਵਰਤੋਂ ਕੀਤੀ ਜਾਂਦੀ ਹੈ HTML ਵਿੱਚ ਦੋ ਤਰ੍ਹਾਂ ਦੇ ਟੈਗ ਵਰਤੇ ਜਾਂਦੇ ਹਨ ਪੇਅਰਡ ਜਾਂ ਕੰਟੇਨਰ ਟੈਗ ਜਾਂ ਅਨਪੀਡ ਜਾਂ ਐਮਪਟੀ ਟੈਗਸ ਤੇ ਆਓ ਅਗਲਾ ਕੁਸ਼ਣ ਦੇਖਦੇ ਹਾਂ ਜੀ ਅਗਲਾ ਕੁਸ਼ਣ ਆਪਣੇ ਕਿਸ ਤਰ੍ਹਾਂ ਹੈ ਜੀ ਤੁਸੀਂ HTML ਡਾਕੂਮੈਂਟ ਵਿੱਚ ਟੈਕਸਟ ਅਤੇ ਤਸਵੀਰਾਂ ਨੂੰ ਕਿਵੇਂ ਸਕਰੋਲ ਕਰ ਸਕਦੇ ਹੋ ਤੇ ਇਸ ਦਾ ਆਨਸਰ ਇਸ ਤਰ੍ਹਾਂ ਹੈ ਜੀ ਮਾਰਕਿਊ ਟੈਗ HTML ਦਾ ਇੱਕ ਮਹੱਤਵਪੂਰਨ ਟੈਗ ਹੈ ਇਸ ਟੈਗ ਇਹ ਟੈਗ ਵੈਬ ਪੇਜ ਅੰਦਰ ਸਕਰੋਲੇਬਲ ਟੈਕਸਟ ਅਤੇ ਚਿੱਤਰ ਬਣਾਉਣੀ ਵਰਤਿਆ ਜਾਂਦਾ ਹੈ ਇਹ ਜਾਂ ਤਾਂ ਲੇਟ ਮੇਰੂਪ ਵਿੱਚ ਖੱਬੇ ਤੋਂ ਸੱਜੇ ਪਾਸੇ ਜਾਂ ਸੱਜੇ ਤੋਂ ਖੱਬੇ ਪਾਸੇ ਜਾਂ ਖੜਮੇ ਰੂਪ ਵਿੱਚ ਉੱਪਰ ਤੋਂ ਹੇਠਾਂ ਜਾਂ ਹੇਠਾਂ ਤੋਂ ਉੱਪਰ ਵੱਲ ਸਕਰੋਲ ਕਰਦਾ ਹੈ ਤੇ ਇਸ ਨੂੰ ਇਸ ਦੇ ਨਾਲ ਇੱਕ ਆਪਣੇ ਉਦਾਹਰਨ ਦਿੱਤੀ ਹੋਈ ਹੈ ਐਗਜ਼ਾਮਪਲ ਦਿੱਤੀ ਹੋਈ ਹੈ ਇਹ ਵੀ ਤੁਸੀਂ ਨਾਲ ਲਿਖ ਸਕਦੇ ਹੋ ਜੀ ਤੇ ਆਓ ਅਗਲਾ ਕੁਐਸਚਨ ਦੇਖਦੇ ਹਾਂ ਜੀ ਤੇ ਅਗਲਾ ਕੁਸ਼ਨ ਆਪਣੇ ਕੋਲ ਇਸ ਤਰ੍ਹਾਂ ਹੈ ਜੀ ਕਿ ਤੁਸੀਂ HTML ਡਾਕੂਮੈਂਟ ਵਿੱਚ ਫੌਂਟਸ ਨਾਲ ਕਿਵੇਂ ਕੰਮ ਕਰੋਗੇ ਤੇ ਆਨਸਰ ਦੇਖੋ ਕਿਸ ਤਰ੍ਹਾਂ ਲਿਖਣਾ ਹੈ HTML ਡਾਕੂਮੈਂਟ ਫੌਂਟਸ ਨਾਲ ਕੰਮ ਕਰਨ ਲਈ ਅਸੀਂ ਫੌਂਟਸ ਟੈਗ ਦੀ ਵਰਤੋਂ ਕਰਦੇ ਹਾਂ ਤੇ ਫੌਂਟ ਟੈਗ ਵਿੱਚ ਕੰਟੇਨਰ ਟੈਗ a ਫੌਂਟ ਟੈਗ ਵਿੱਚ ਸ਼ੁਰੂ ਹੁੰਦਾ ਹੈ ਜੀ ਤੇ ਇਸ ਤਰ੍ਹਾਂ ਇਹ ਸ਼ੁਰੂ ਹੁੰਦਾ ਹੈ ਟੈਗ ਨਾਲ ਇਹ ਬੰਦ ਕੀਤਾ ਜਾਂਦਾ ਹੈ ਇਦਾਂ ਸ਼ੁਰੂ ਹੁੰਦਾ ਹੈ ਤੇ ਇਸ ਤਰ੍ਹਾਂ ਇਸ ਨੂੰ ਬੰਦ ਕੀਤਾ ਜਾਂਦਾ ਹੈ ਟੈਕਸ ਦੇ ਆਕਾਰ ਰੰਗ ਅਤੇ ਫੌਂਟ ਨੂੰ ਬਦਲਣ ਲਈ ਅਸੀਂ ਇਸ ਟੈਗ ਦੇ ਐਟਰੀਬਿਊਟ ਦੀ ਵਰਤੋਂ ਕਰਦੇ ਹਾਂ ਜਿਵੇਂ ਕਿ ਆਪਾਂ ਨੂੰ ਦਿੱਸਦਾ ਹੈ ਕਿ ਇਸ ਫੌਂਟ ਦੇ ਟੈਗ ਨਾਲ ਐਟਰੀਬਿਊਟ ਜਾਣੀ ਹੇਠ ਲਿਖੀ ਦਿੱਤੀ ਜਾਣਕਾਰੀ ਹੈ ਜੀ ਸਾਈਜ਼ ਸਾਈਜ਼ ਨਾਲ ਕੀ ਹੈ ਇਹ ਐਟਰੀਬਿਊਟ ਫੌਂਟ ਦੇ ਆਕਾਰ ਨੂੰ ਬਦਲਣ ਲਈ ਵਰਤਿਆ ਜਾਂਦਾ ਹੈ ਕਲਰ ਇਹ ਐਟਰੀਬਿਊਟ ਟੈਕਸ ਦਾ ਰੰਗ ਬਦਲਣ ਲਈ ਵਰਤੇ ਜਾਂਦਾ ਹੈ ਤੇ ਫੇਸ ਇਹ ਐਟਰੀਬਿਊਟ ਟੈਕਸ ਦੇ ਫੌਂਟ ਨੂੰ ਬਦਲਣ ਲਈ ਕੀਤਾ ਜਾਂਦਾ ਹੈ ਦੇਖੋ ਜੀ ਫੌਂਟ ਦੇ ਨਾਲ ਜਿਸ ਤਰ੍ਹਾਂ ਆਪਾਂ ਫੇਸ ਲਿਖ ਕੇ ਏਰੀਅਲ ਤੇ ਇਸ ਦਾ ਜੋ ਫੌਂਟ ਹੈ ਚੇਂਜ ਹੋ ਜਾਏਗਾ ਸਾਈਜ਼ ਲਿਖਾਂਗੇ ਤੇ ਸਾਈਜ਼ ਚੇਂਜ ਹੋ ਜਾਏਗਾ ਫੌਂਟ ਦਾ ਸਾਈਜ਼ ਕਲਰ ਲਿਖਾਂਗੇ ਤੇ ਕਲਰ ਚੇਂਜ ਹੋ ਜਾਏਗਾ ਠੀਕ ਹੈ ਜਿਸ ਤਰ੍ਹਾਂ ਆਪਾਂ ਲਿਖਾਂਗੇ ਉਸ ਦੇ ਅਕੋਰਡਿੰਗ ਇਸ ਦਾ ਕਲਰ ਜਾਂ ਸਾਈਜ਼ ਜਾਂ ਉਸ ਦਾ ਫੇਸ ਆਪਾਂ ਚੇਂਜ ਕਰ ਸਕਦੇ ਹਾਂ ਤੇ ਇਸ ਨੂੰ ਅਗਲਾ ਕੁਸ਼ਣ ਦੇਖੋ ਇਸ ਤਰ੍ਹਾਂ ਹੈ ਜੀ ਆਪਣੇ ਕੋ ਅਗਲਾ ਕੁਸ਼ਣ ਹੈ ਜੀ ਐਚਟੀਐਮਐਲ ਡਾਕੂਮੈਂਟ ਦੇ ਬੋਡੀ ਭਾਗ ਦਾ ਵਰਣਨ ਕਰੋ ਇਸ ਨੂੰ ਤੁਸੀਂ ਕਿਸ ਤਰ੍ਹਾਂ ਫਾਰਮੈਟ ਕਰੋਗੇ ਇਸ ਨੂੰ ਅਨਸਰ ਦੇਖੋ ਇਸ ਤਰ੍ਹਾਂ ਲਿਖਣਾ ਜੀ HTML ਡਾਕੂਮੈਂਟ ਇੱਕ ਵੈਬ ਪੇਜ ਨੂੰ ਦਰਸਾਉਂਦਾ ਹੈ ਬੋਡੀ ਭਾਗ ਵੈਬ ਪੇਜ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਬੋਡੀ ਭਾਗ ਨੂੰ ਬੋਡੀ ਟੈਗ ਦੇ ਨਾਲ ਪਰਿਭਾਸ਼ਿਤ ਕੀਤਾ ਜਾਂਦਾ ਹੈ ਜੋ ਕਿ ਇੱਕ ਕੰਟੇਨਰ ਟੈਗ ਹੈ ਇਹ ਬੋਡੀ ਟੈਗ ਦੇ ਨਾਲ ਸ਼ੁਰੂ ਹੁੰਦਾ ਹੈ ਤੇ ਇਸ ਟੈਗ ਦੇ ਨਾਲ ਇਹ ਟੈਗ ਬੰਦ ਕੀਤਾ ਜਾਂਦਾ ਹੈ ਵੈਬ ਪੇਜ ਉੱਪਰ ਦਿਖਾਈ ਜਾਣ ਵਾਲੇ ਸਾਰੇ ਕੰਟੈਂਟਸ ਜਿਵੇਂ ਕਿ ਟੈਕਸਟ, ਤਸਵੀਰਾਂ, ਵੀਡੀਓ, ਟੇਬਲ, ਲਿਸਟਾਂ, ਫਾਰਮ ਆਦਿ ਨੂੰ ਇਸ ਟੈਗ ਦੇ ਅੰਦਰ ਹੀ ਪ੍ਰਭਾਸ਼ਿਤ ਕੀਤਾ ਜਾਂਦਾ ਹੈ। HTML ਡਾਕੂਮੈਂਟ ਦਾ ਬਾਡੀ ਭਾਗ ক্লোজিং ਹੈਡ ਟੈਗ ਤੋਂ ਤੁਰੰਤ ਬਾਅਦ ਸ਼ੁਰੂ ਹੋ ਜਾਂਦਾ ਹੈ। ਹੋਣਾ ਚਾਹੀਦਾ ਹੈ ਵੈਬ ਪੇਜ ਦੇ ਹੈਡ ਅਤੇ ਬਾਡੀ ਭਾਗ ਨੂੰ HTML ਅਤੇ ਇਸ ਟੈਗ ਦੇ ਵਰਤੋਂ ਵਿਚਕਾਰ ਰੱਖਿਆ ਜਾਂਦਾ ਹੈ। HTML ਡਾਕੂਮੈਂਟ ਦੀ ਬਾਡੀ ਨੂੰ ਫਾਰਮੈਟ ਕਰਨ ਲਈ ਅਸੀਂ ਇਸ ਦੇ ਐਟਰੀਬਿਊਟਸ ਦੀ ਵਰਤੋਂ ਕਰ ਸਕਦੇ ਹਾਂ ਬੀਜੀ ਕਲਰ ਇਸ ਐਟਰੀਬਿਊਟ ਦੀ ਵਰਤੋਂ ਬਾਡੀ ਭਾਗ ਦੀ ਬੈਕਗ੍ਰਾਉਂਡ ਦਾ ਰੰਗ ਸੈੱਟ ਕਰਨ ਲਈ ਕੀਤੀ ਜਾਂਦੀ ਹੈ ਬੈਕਗ੍ਰਾਉਂਡ ਇਹ ਐਟਰੀਬਿਊਟ ਦੀ ਵਰਤੋਂ ਬਾਡੀ ਭਾਗ ਦੀ ਬੈਕਗ੍ਰਾਉਂਡ ਉੱਪਰ ਤਸਵੀਰ ਸੈੱਟ ਕਰਨ ਲਈ ਕੀਤੀ ਜਾਂਦੀ ਹੈ ਟੈਕਸਟ ਇਹ ਐਟਰੀਬਿਊਟ ਦੀ ਵਰਤੋਂ ਟੈਕਸਟ ਦਾ ਰੰਗ ਬਦਲਣ ਲਈ ਕੀਤੀ ਜਾਂਦੀ ਹੈ ਜੀ ਤੇ ਆਓ ਅਗਲਾ ਕੁਐਸਚਨ ਦੇਖਦੇ ਹਾਂ ਜੀ ਤੇ ਇਸ ਨੂੰ ਕੁਝ ਖਾਲੀ ਥਾਂ ਮਾਹਨ ਤੁਸੀਂ ਇਹ ਪੜ੍ਹ ਲੈਣੀਆਂ ਹਨ ਤੇ ਇਹ ਟੈਗਸ ਆਪਾਂ ਪਹਿਲਾਂ ਹੀ ਕਰ ਚੁੱਕੇ ਹਾਂ ਇਹ ਵੀ ਕੁਝ ਖਾਲੀ ਥਾਂ ਮ ਹਨ ਤੁਸੀਂ ਇਹਨਾਂ ਨੂੰ ਵੀ ਪੜ ਸਕਦੇ ਹੋ ਇਹਨਾਂ ਵਿੱਚੋਂ ਕਾਫੀ ਤੁਹਾਨੂੰ ਆਪਾਂ ਕਰਵਾ ਵੀ ਚੁੱਕਾ ਹਾਂ ਮੈਂ ਉੱਪਰ ਤੇ ਆਓ ਅਗਲਾ ਕੁਐਸਚਨ ਦੇਖਦੇ ਹਾਂ ਜੀ ਦੇਖੋ ਜੀ ਅਗਲਾ ਕੁਐਸਚਨ ਆਪਣੇ ਕੋਈ ਇਸ ਤਰ੍ਹਾਂ ਹੈ ਜੀ ਨੈਕਸਟ ਕੁਐਸਚਨ ਆਪਣੇ ਕੁਐਸਚਨ ਹੈ ਜੀ ਆਰਡਰਡ ਲਿਸਟ ਕੀ ਹੁੰਦੀ ਹੈ ਆਰਡਰਡ ਲਿਸਟ ਬਣਾਉਣ ਲਈ ਵਰਤੇ ਜਾਣ ਦੇ ਟੈਗਸ ਅਤੇ ਐਟਰੀਬਿਊਟਸ ਦੇ ਨਾਮ ਲਿਖਣੇ ਹਨ ਜੀ ਤੇ ਹੁਣ ਦੇਖੋ ਇਸ ਦਾ ਆਨਸਰ ਕਿਸ ਤਰ੍ਹਾਂ ਲਿਖਣਾ ਹੈ ਜੀ ऑर्डर्ड लिस्ट ਨੂੰ ਨੰਬਰ ਲਿਸਟ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਲਿਸਟ ਵਿੱਚ ਆਈਆਂ ਆਈਟਮਾਂ ਦੀ ਸੂਚੀ ਨੂੰ ਨੰਬਰਾਂ ਵਾਲੇ ਫਾਰਮੈਟ ਵਿੱਚ ਦਿਖਾਇਆ ਜਾਂਦਾ ਹੈ ਇਹਨਾਂ ਲਿਸਟਾਂ ਦੀ ਵਰਤੋਂ ਤੁਸੀਂ ਸਮੇ ਉਸ ਸਮੇਂ ਕੀਤੀ ਜਾਂਦੀ ਹੈ ਜਦੋਂ ਲਿਸਟ ਵਿੱਚ ਆਈਟਮਾਂ ਦਾ ਕ੍ਰਮ ਕ੍ਰਮ ਮਹੱਤਵਪੂਰਨ ਹੋਵੇ ਆਰਡਰਡ ਲਿਸਟ ਤੇ ਟੈਗਸ ਅਤੇ ਐਟਰੀਬਿਊਟ HTML ਆਰਡਰ ਲਿਸਟ ਵਿੱਚ ਬਣਾਉਣ ਲਈ OL ਟੈਗ ਦੀ ਵਰਤੋਂ ਕੀਤੀ ਜਾਂਦੀ ਹੈ ਲਿਸਟ ਵਿੱਚ ਲਿਸਟ ਆਈਟਮਾਂ ਨੂੰ ਦਰਸਾਉਣ ਲਈ ਐਲ ਆਈ ਟੈਗ ਦੀ ਵਰਤੋਂ ਕੀਤੀ ਜਾਂਦੀ ਹੈ। ਓ ਐਲ ਟੈਗ ਵਿੱਚ ਆਮ ਤੌਰ ਤੇ ਟਾਈਪ ਅਤੇ ਸਟਾਰਟ ਐਟਰੀਬਿਊਟ ਦੀ ਵਰਤੋਂ ਕੀਤੀ ਜਾਂਦੀ ਹੈ। ਟਾਈਪ ਐਟਰੀਬਿਊਟ ਦੀ ਵਰਤੋਂ ਨਾਲ ਲਿਸਟ ਲਈ ਨੰਬਰਿੰਗ ਦੀ ਕਿਸਮ ਸੈੱਟ ਕੀਤੀ ਜਾਂਦੀ ਹੈ ਜਦੋਂ ਕਿ ਸਟਾਰਟ ਐਟਰੀਬਿਊਟ ਦੀ ਵਰਤੋਂ ਲਿਸਟ ਦੀ ਨੰਬਰਿੰਗ ਦੇ ਸ਼ੁਰੂਆਤੀ ਬਿੰਦੂ ਨੂੰ ਸੈੱਟ ਕਰਨ ਲਈ ਕੀਤੀ ਜਾਂਦੀ ਹੈ। ਤੇ ਇਹ ਨੀਚੇ ਤੁਹਾਨੂੰ ਆਪਣੇ ਕੋਈ ਇੱਕ ਐਗਜ਼ਾਮਪਲ ਵੀ ਹੈ। ਇਸ ਐਗਜ਼ਾਮਪਲ ਨੂੰ ਤੁਸੀਂ ਲਿਖ ਦੇਣਾ ਹੈ ਪੇਪਰ ਦੇ ਵਿੱਚ ਜੀ। ਤੇ ਆਓ ਅਗਲਾ ਕੁਐਸਚਨ ਦੇਖਦੇ ਹਾਂ ਜੀ। ਇਸ ਨੂੰ ਨੈਕਸਟ ਕੁਸਚਨ ਆਪਣੇ ਕੋਸ਼ਤਰੇ ਹੈ ਜੀ ਟੇਬਲ ਦੀ ਬੈਕਗ੍ਰਾਉਂਡ ਨੂੰ ਫਾਰਮੈਟ ਕਰਨ ਲਈ ਟੇਬਲ ਟੈਗ ਦੀ ਲਈ ਵਰਤੇ ਜਾਣ ਵਾਲੇ ਵੱਖ-ਵੱਖ ਐਟਰੀਬਿਊਟਸ ਦਾ ਵਰਣਨ ਕਰਨਾ ਹੈ ਜੀ ਟੇਬਲ ਬੈਕਗ੍ਰਾਉਂਡ ਨੂੰ ਟੇਬਲ ਟੈਗ ਦੇ ਐਟਰੀਬਿਊਟ ਦੀ ਮਦਦ ਨਾਲ ਫਾਰਮੈਟ ਕੀਤਾ ਜਾ ਸਕਦਾ ਹੈ ਅਸੀਂ ਇੱਥੇਾਂ ਦਿੱਤੇ ਐਟਰੀਬਿਊਟਸ ਦੀ ਵਰਤੋਂ ਕਰਕੇ ਟੇਬਲਜ਼ ਦੀ ਬੈਕਗ੍ਰਾਉਂਡ ਨੂੰ ਫਾਰਮੈਟ ਕਰ ਸਕਦੇ ਹਾਂ ਜੀ ਪਹਿਲਾ ਹੈ ਜੀ bg the attribute table ਦੀ ব্যাকਗ੍ਰਾਉਂਡ ਦਾ ਰੰਗ ਬਦਲਣ ਲਈ ਵਰਤਿਆ ਜਾਂਦਾ ਹੈ ਤੇ ব্যাকਗ੍ਰਾਉਂਡ ਪੂਰਾ ਲਿਖਿਆ ਜਾਂਦਾ ਹੈ ਐਟਰੀਬਿਊਟ ਟੇਬਲ ਦੀ ব্যাকਗ੍ਰਾਉਂਡ ਉੱਪਰ ਤਸਵੀਰ ਸੈੱਟ ਕਰਨ ਲਈ ਵਰਤਿਆ ਜਾਂਦਾ ਹੈ ਤੇ ਇਹ ਦੋਆਂ ਦੀਆਂ ਉਦਾਹਰਨਾਂ ਹਨ ਜੋ ਕਿ ਤੁਸੀਂ ਲਿਖ ਦੇਣੀਆਂ ਹਨ ਪੇਪਰ ਵਿੱਚ ਜੀ ਤੇ ਆਓ ਅਗਲਾ ਕੁਐਸਚਨ ਦੇਖਦੇ ਹਾਂ ਜੀ ਇਹ ਟੈਗਸ ਵਾਲਾ ਕੁਐਸਚਨ ਵੀ ਤੁਸੀਂ ਇਸ ਨੂੰ ਪੜ੍ਹ ਸਕਦੇ ਹੋ ਨੈਕਸਟ ਆਪਣੇ ਕੋ ਹੈ ਜੀ ਕਿ ਤੁਸੀਂ HTML ਡਾਕੂਮੈਂਟ ਵਿੱਚ ਟੈਕਸਟ ਤੇ ਤਸਵੀਰਾਂ ਨੂੰ ਕਿਵੇਂ ਸਕਰੋਲ ਕਰ ਸਕਦੇ ਹੋ ਤੇ ਇਹ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਜੀ ਇਹ ਵਾਲਾ ਕੁਸ਼ਨ ਆਪਣੇ ਕੋ ਹੈ ਪਹਿਲਾਂ ਕਰ ਚੁੱਕੇ ਆਪਾਂ ਕਿ ਆਪਾਂ ਜੋ ਮਾਰਕਿਊ ਟੈਗ ਜੋ ਹੈ HTML ਇੱਕ ਮਹੱਤਵਪੂਰਨ ਟੈਗ ਹੈ ਇਸ ਟੈਗ ਵੈਬ ਪੇਜ ਅੰਦਰ ਸਕਰੋਲੇਬਲ ਟੈਕਸਟ ਤੇ ਚਿੱਤਰ ਬਣਾਉਣ ਲਈ ਵਰਤਿਆ ਜਾਂਦਾ ਹੈ ਇਸ ਨਾਲ ਲੇਟ ਮੇ ਰੂਪ ਵਿੱਚ ਖੱਬੇ ਤੋਂ ਸੱਜੇ ਸੱਜੇ ਤੋਂ ਖੱਬੇ ਖੜ ਮੇ ਰੂਪ ਵਿੱਚ ਉੱਪਰ ਤੋਂ ਹੇਠਾਂ ਜਾਂ ਹੇਠਾਂ ਤੋਂ ਉੱਪਰ ਵਰਸ ਕਰੋੜ ਕਰ ਸਕਦੇ ਹਾਂ ਜੀ ਤੇ ਆਓ ਅਗਲਾ ਕੁਐਸਚਨ ਦੇਖਦੇ ਹਾਂ ਜੀ ਤੇ ਇਸ ਨੂੰ ਹੁਣ ਆਪਾਂ ਲਗਭਗ ਸਾਰੇ ਹੀ ਜੋ ਕੁਐਸਚਨਸ ਹਨ ਉਹ ਆਪਾਂ ਕਰ ਲਏ ਹਨ ਤੇ ਜੇਕਰ ਕੋਈ ਕੁਐਸਚਨ ਰਹਿ ਗਏ ਹਨ ਤੇ ਉਹ ਤੁਸੀਂ ਹੋਰ ਵੀ ਜੋ ਇੰਪੋਰਟੈਂਟ ਕੁਐਸਚਨ ਇਸ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੇ ਹਨ ਉਹ ਵੀ ਤੁਸੀਂ ਆਪਣੇ ਅਕੋਰਡਿੰਗ ਕਰ ਸਕਦੇ ਹੋ ਜੀ